ਬੀਤੇ ਦਿਨੀ ਸਵਰਗਵਾਸ ਹੋਏ ਫਿਲੌਰ ਦੇ ਚਿਸ਼ਤੀ ਦਰਬਾਰ ਸਾਈਂ ਸੁੰਦਰ ਸ਼ਾਹ ਦੇ ਗੱਦੀ ਨਿਸ਼ੀਨ ਸਾਈਂ ਸੋਢੀ ਸ਼ਾਹ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਮਾਗਮ ਸਥਾਨਕ ਉਪ ਗੋਪਾਲ ਇਨਕਲੇਵ ਫਿਲੌਰ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਦਰਬਾਰ ਤੇ ਨਿਸ਼ਾਨ ਸਾਹਿਬ ਚੜਾਇਆ ਗਿਆ ਅਤੇ ਮਜ਼ਾਰ ਤੇ ਚਾਦਰ ਚੜਾਈ ਗਈ ਅਤੇ ਰਮੇਸ਼ ਅਲੀ ਸਾਬਰੀ ਨੂੰ ਦਰਬਾਰ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਪਗੜੀ ਮੰਨੀ ਗਈ। ਅਸੀਂ ਖਵਾਜਾ ਮਲਿਕ ਆਵਾਸ ਪਹੁੰਚਾ ਨੇ ਅੱਜ ਸ਼੍ਰੀ ਸੇ ਆਏ ਹੈ ਇਧਰ ਫਲੋਰ ਕੀ ਧਰਤੀ ਮੇ ਸੋਢੀ ਰਾਮ ਕੇ ਨਾਮ ਸੇ ਦਰਬਾਰ ਬਣਾਇਆ ਇਧਰ ਅੱਜ ਮੇ ਸ਼੍ਰੀ ਸੇ ਚਦਰ ਆਈ ਹੈ ਆਜ ਇਨ੍ਹਾਂ ਦਾ 40ਵਾਂ ਹੈ ਯਹਾਂ ਸੰਗਤ ਕੋ ਆਸ਼ੀਰਵਾਦ ਦੇਣੇ ਕੇ ਲੀਏ ਖਵਾਜਾ ਸਾਹਿਬ ਦੇ ਹੁਕਮ ਸੇ ਅੱਜ ਮੇ ਸ਼੍ਰੀ ਕੀ ਚਦਰ ਲੈ ਕੇ ਦਰਬਾਰ ਮੇ ਯਹਾਂ ਬਾਬਾ ਸੋਢੀ ਰਾਮ ਜੀ ਕੇ ਮਜ਼ਾਰ ਮੇ ਚਦਰ ਚੜਾਈ ਹੈ ਔਰ ਪੂਰੀ ਦੁਨੀਆ ਮੇ ਅਮਨ ਔਰ ਸ਼ਾਂਤੀ ਕੇ ਲੀਏ ਦੁਆ ਕਰੀ ਹੈ ਖਾਸ ਤੌਰ ਤੇ ਹਮਾਰੇ ਹਿੰਦੁਸਤਾਨ ਮੁਲਕ ਕੇ ਲੀਏ ਦੁਆ ਕਰੀ ਹੈ ਕਿ ਅਮਨ ਔਰ ਸ਼ਾਂਤੀ ਬਣੀ ਰਹੇ ਔਰ ਫਲੋਰ ਕੀ ਧਰਤੀ ਮੇ ਜਿਤਨੇ ਵੀ ਦੇਵੀ ਦੇਵਤਾ ਹੈ ਜੈਸੇ ਚਿਸ਼ਤੀ ਸਾਹਿਬ ਦੀ ਸਰਕਾਰ ਬਾਬਾ ਬ੍ਰਹਮਦਾਸ ਦਾ ਡੇਰਾ ਹੈ ਬਾਬਾ ਰੂਪ ਰਾਮ ਜੀ ਦਾ ਡੇਰਾ ਹੈ ਮਈਆ ਭਗਵਾਨ ਦਾ ਡੇਰਾ ਹੈ ਕਿਲੇ ਮੇ ਜੋ ਦਰਬਾਰ ਹੈ ਸਾਰੇ ਬਜ਼ੁਰਗੋਂ ਕੀ ਦੁਆਓਂ ਸੇ ਕਿ ਡੇਰਾ ਬਣਾ ਹੈ ਬਾਬਾ ਸੋਢੀ ਰਾਮ ਜੀ ਕਾ ਔਰ ਹਮ ਯੇ ਉਮੀਦ ਕਰਤੇ ਹੈ ਯਹਾਂ ਪੇ ਜਿਤਨੀ ਵੀ ਸੰਗਤ ਆਈ ਸਭ ਕੀ ਸਰਕਾਰ ਕੋ ਮਨੋਕਾਮਨਾਏ ਪੂਰੀ ਕਰੇ ਔਰ ਸਭ ਕੋ ਅਜਮੇਰ ਸ਼ਰੀਫ ਆਨਾ ਨਸੀਬ ਹੋ ਹਮ ਅਜਮੇਰ ਸ਼ਰੀਫ ਸੇ ਸੈਯਦ ਨਾਜ਼ਰ ਅਲੀ ਸ਼ਾਹ ਸਾਡਾ ਨਾਮ ਹੈ ਗੱਦੀ ਨਸ਼ੀਨ ਫਾਜ਼ਲ ਅਜਮੇਰ ਸ਼ਰੀਫ